ਭਾਜੀ ਕੀ ਨਾਮ ਹੈ ਤੇ ਕੀ ਗੱਲ ਬਾਤ ਹੋਈ? ਮੇਰਾ ਨਾਮ ਰਕੇਸ਼ ਸਿੰਘ ਹੈ। ਮੈਂ ਰੋਜ਼ ਸਵੇਰੇ ਮੰਦਿਰ ਆਉਂਦਾ ਪੂਜਾ ਲਈ, ਅਤੇ ਅੱਜ ਸਵੇਰੇ ਜਿਸ ਤਰ੍ਹਾਂ ਸ਼ਿਵਲਿੰਗ ਨੂੰ ਜਲ ਢਾਲਿਆ ਅਤੇ ਸ਼ਿਵ ਦੀ ਮੂਰਤੀ ਦੇ ਸਮੀਪ ਨਾ ਪਾਕਿਸਤਾਨੀ 100 ਰੁਪਏ ਦਾ ਨੋਟ ਸੀ, ਅਤੇ ਜਿਹਨੂੰ ਵੇਖ ਕੇ ਹੈਰਾਨਗੀ ਹੋਈ। ਅਤੇ ਫਿਰ ਮੈਂ ਤਤਕਾਲ ਹੀ ਆਪਣੇ MCA ਸ਼ਕਤੀ ਸਿੰਘ ਜੀ ਉਹਨਾਂ ਨੂੰ ਕੀਤਾ ਅਤੇ ਕਾਲ, ਅਤੇ ਉਹਨਾਂ ਨੇ ਅੱਗੇ ਪੁਲਿਸ ਨੂੰ ਕਾਲ ਕੀਤਾ ਅਤੇ ਆ ਕੇ ਤਫਤੀਸ਼ ਚੱਲ ਰਹੀ ਹੈ। ਕਿੰਨੇ ਵਜੇ ਗੱਲ ਕਰੀ? ਸਰ ਇਹ 8:30 ਦੀ ਗੱਲ ਹੈ, 8:15 ਦੀ। ਹਾਂਜੀ ਭਾਈ, ਕੀ ਇਨਫੋਰਮੇਸ਼ਨ ਆਈ ਜਿਹੜੇ ਮੰਦਰ ਦੀ? ਸਵੇਰੇ ਸਾਨੂੰ ਨੇ ਫੋਨ ਆਇਆ ਸ਼ਕੇਸ਼ ਕੁਮਾਰ ਵੱਲੋਂ ਕਿ ਮੈਂ ਇੱਥੇ ਮੰਦਰ ਮੱਥਾ ਟੇਕਣਾ ਹੈ ਕਿ ਪਾਕਿਸਤਾਨ ਨੋਟ ਮੈਨੂੰ ਮਿਲਿਆ ਵਾ। ਉਧਾਰ ਤੇ ਇੱਥੇ ਆਏ ਹਾਂ, 100 ਦਾ ਨੋਟ ਆ ਪਾਕਿਸਤਾਨ ਦਾ, ਉਹ ਜਿਨ੍ਹਾਂ ਦੀ ਉੱਤੇ ਫੋਟੋ ਆ, ਲਾਲ ਰੰਗ ਦਾ ਨੋਟ ਆ। ਇਹਦੇ ਵਿੱਚ ਕੈਮਰੇ ਚੈੱਕ ਕਰ ਰਹੇ ਹਾਂ ਕਿ ਕੌਣ ਇੱਥੇ ਚੜ੍ਹਾ ਗਿਆ ਵਾ, ਕੌਣ ਰੱਖ ਗਿਆ ਮੰਦਰ ਦੀ ਸ਼ਿਵਜੀ ਮਹਾਰਾਜ ਦੀ ਫੋਟੋ ਤੇ ਨਾ ਆਪਣੇ ਮੂਰਤੀ ਦੇ ਨਾਲ ਨੋਟ ਪਿਆ ਸੀ ਉਹਦੇ ਕਹਿਣ ਮੁਤਾਬਕ। ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਹਾਂ, ਲੋਕ ਤੇ ਇੱਥੇ ਕਾਫੀ ਆ ਰਹੇ ਆ, ਪਤਾ ਨਹੀਂ ਹਾਲੇ ਕਲੀਅਰ ਨਹੀਂ ਹੋ ਰਿਹਾ ਕਿ ਸਾਰੇ ਜਿਹੜਾ ਵੀ ਉਹਦਾ ਮੰਦਰ ਮੱਥਾ ਟੇਕਦਾ ਨਾਲ ਹੀ ਸ਼ਿਵਜੀ ਮਹਾਰਾਜ ਨੂੰ ਮੱਥਾ ਟੇਕਦਾ, ਛੋਟੀ ਜਿਹੀ ਚੀਜ਼ ਆਪਾਂ ਨੇ ਕੌਣ ਰੱਖ ਗਿਆ ਹੈਗਾ ਇੱਥੇ, ਉਹ ਵੇਖਦੇ ਹਾਂ ਹੁਣ ਜੇ ਕੋਈ ਕਲੀਅਰ ਹੋ ਗਿਆ ਜਿਹੜਾ ਕੋਈ ਬੰਦੇ ਰੱਖਿਆ ਹੈਗਾ ਕਿੱਥੋਂ ਦਾ ਨਹੀਂ। ਜ਼ਿਆਦਾ ਇੱਥੇ ਟੂਰਿਸਟ ਆਉਂਦੇ ਆ ਅਤੇ ਹੁਣ ਜੇ ਇਹਦੇ ਲੋਕਲ ਬੰਦਾ ਕੋਈ ਰੱਖ ਗਿਆ ਫਿਰ ਤਾਂ ਵੈਰੀਫਾਈ ਕਰਾਂਗੇ, ਜੇ ਕੋਈ ਬਾਹਰ ਦਾ ਹੈਗਾ ਤਾਂ ਫਿਰ ਉਹਦੇ ਬਾਰੇ ਵੀ ਕਰਾਂਗੇ ਕੀ ਹਿਸਾਬ ਕਰਦੇ।